अस्सलाम वालेकुम दोस्तों, मैं थोड़ा अपना गामा बीए प्रोग्राम लेके आ रहा फंते बंका। आज असी जिस जगह पे मौजूद हां वो किसी तार के मोहताज नहीं, साडे फैसलाबाद दी बहुत अच्छी बात, बहुत अच्छे इंसान, बहुत अच्छे फनकार जनाब बाबर हाशमी साहब। आज असी उधर ही रहायशगाह ते मौजूद हां, सारे दोस्त और सारे ही आर्टिस्ट है, कोई गैर आर्टिस्ट नहीं है, असी सारे फनकार हां। सिर्फ अपने रूह लाण वास्ते, अपने दिल लगी वास्ते असी कोई ना कोई ऐसा ना प्रोग्राम रख लेता और बना लीता। तो अज असी सब तो पहले साज राहत साहब को रिक्वेस्ट करा, अच्छे सू सोना जहाँ गीत सुनाओ, ना तो कंपेयरिंग की जरूरत है, ना इतने गुरुकारी की जरूरत है, तो सिर्फ असं आपस बैठे। तो साज साहब बहुत बहुत शुक्रिया, तुम ना कुदरती लिबास से आ गए हो सा है, चलो कोई नहीं, अपना भी काम है, असं क्या फंक्शन कर रहे हैं, ये तो सा अपना ही मुहब्बत प्यार है। ਇਹ ਬਾਬਾ ਹਾਸ਼ਮੀ ਸਾਹਿਬ ਦੀ ਅਸੀਂ ਡਿਊਟੀ ਦੇਣ ਆਏ ਹਾਂ, ਇਹਨਾਂ ਦੀ ਮੁਹੱਬਤ, ਇਹਨਾਂ ਦਾ ਪਿਆਰ, ਅੱਧੀ ਰਾਤ ਨੂੰ ਇਹਨਾਂ ਸਾਨੂੰ ਡਿਸਟਰਬ ਕੀਤਾ ਸੀ, ਹੁਣ ਠੀਕ ਹੈ। ਅਤੇ ਲਿਆਦਾ ਹੁਣ ਸਾਨੂੰ ਤੁਸੀਂ ਕੋਈ ਸੋਹਣਾ ਜਿਹਾ ਗੀਤ ਸੁਣਾਓ। ਲਓ ਜੀ ਜਨਾਬ, ਜ਼ਰੂਰ ਮੈਂ ਸੁਣਾਵਾਂਗਾ। ਜੀ ਸਭ ਤੋਂ ਪਹਿਲਾਂ ਜਨਾਬ ਬਾਬਾ ਹਾਸ਼ਮੀ ਸਾਹਿਬ ਦਾ ਬੇਹੱਦ ਮਸ਼ਹੂਰ ਹੈ ਜਨਾਬ, ਉਹਨਾਂ ਦੀ ਮੁਹੱਬਤ ਦੇ ਕੇ ਉਹਨਾਂ ਸਾਰੇ ਮਾਸ਼ਾਅੱਲਾ ਖੂਬਸੂਰਤ ਸਿਤਾਰੇ ਇਕੱਠੇ ਕੀਤੇ ਨੇ। ਅਤੇ ਅੱਧੀ ਰਾਤ ਦਾ ਟਾਈਮ ਤਕਰੀਬਨ 12 ਵਜੇ ਵੱਜ ਗਏ ਨੇ ਮੇਰੇ ਖਿਆਲ, 12 ਵਜੇ ਅਤੇ ਇਹ ਬਾਬਾ ਹਾਸ਼ਮੀ ਸਾਹਿਬ ਨੇ ਰਜਾਂ ਦੇ ਪ੍ਰੋਗਰਾਮ ਬਣਾਇਆ, ਅਤੇ ਮੈਂ ਵੀ ਅੱਜ ਮੌਸਮ ਦਾ ਮਜ਼ਾ ਲੈ ਰਿਹਾ ਸੀ, ਬਾਰਿਸ਼ ਹੋਈ ਮਾਸ਼ਾਅੱਲਾ, ਬੜਾ ਖੂਬਸੂਰਤ ਮੌਸਮ ਫੈਸਲਾਬਾਦ ਆਇਆ, ਅਤੇ ਬਸ ਇੰਜੋਏ ਕਰ ਰਹੇ ਸੀ, ਅਤੇ ਬਾਬਰ ਭਾਈ ਨੇ ਕਰਕੇ ਸਾਰਾ ਅਰੇਂਜ ਕੀਤਾ, ਅਤੇ ਆਓ ਜ਼ਰਾ ਬੈਠੀ ਦੱਸ ਹੁਣ ਸਾਰੇ ਦੋਸਤ ਬੈਠੇ, ਜ਼ਰਾ ਥੋੜ੍ਹਾ ਰੌਣਕ ਮੇਲਾ ਲਾਈ। ਜੀ ਜੀ ਅਤੇ ਜਨਾਬ ਇੱਕ ਪੰਜਾਬੀ ਤੁਹਾਡੀ ਨਜ਼ਰ ਹੈ, ਅਤੇ ਹੋਰ ਵੀ ਮਾਸ਼ਾਅੱਲਾ ਸਾਰੇ ਆਰਟਿਸਟ ਫਿਲਮਕਾਰ ਫਿਰ ਪਹੁੰਚੇ, ਇਹ ਸਨੀ ਸਾਹਿਬ ਦੀ ਨਜ਼ਰ ਹੈ ਜੀ, ਸਨੀ ਭਾਈ ਜੀ ਸਾਹਿਬ ਜੀ ਮਾਸ਼ਾਅੱਲਾ, ਸਨੀ ਭਾਈ ਜਿਹੜੇ ਨੇ ਉਹਨਾਂ ਦੀ ਨਵੇਂ ਵਾਸਤੇ ਤੁਸੀਂ ਇਹ ਗਾਣਾ ਗਾਓਗੇ ਅੱਜ। ਜੀ ਜਨਾਬ, ਸਨੀ ਭਾਈ ਜਨਾਬ ਤੁਹਾਡੀ ਨਜ਼ਰ ਹੈ ਸੋਹਣਾ ਜੀ। Thank you.
ਸਾਰੇ ਸਾਹਿਬ ਤੁਹਾਡੇ ਤਾਂ ਜੀ ਹੁਣ ਸਾਨੂੰ ਸਾਰੇ ਸਾਹਿਬ ਜੀ ਤੁਸੀਂ ਕਹਿੰਦੇ ਪੰਜਾਬੀ ਮੈਡਮ ਨੂਰ ਜਹਾਂ ਦਾ ਗਾਣਾ ਕੋਈ ਗਜ਼ਲ ਗੀਤ ਜੈਸੇ ਚੀਜ਼ ਗਾਣਾ ਸਿੱਧਾ ਸਿੱਧਾ ਕੁਮਾਰ ਅਬਦੁੱਲਾ ਸਾਹਿਬ ਨੂੰ ਸਿੱਖੀ ਜਾਂ ਨਜ਼ੀਰ ਅਲੀ ਸਾਹਿਬ ਨੂੰ ਸਿੱਖੀ ਜੋ ਨਾ ਨਾ ਬਜਾ ਲਓ ਜ਼ਰਾ ਹਾਂ ਜ਼ਰਾ